यस बेटे, बस कंडक्टर कहानी दे पहला आपां एक्स्ट्रा क्वेश्चंस करते हैं, फिर आपां निजी पत्र समझांगे आज, क्योंकि लास्ट वीक आपां दो पत्र किते से डायरेक्टर सेहत विभाग मीन दफ्तरी पत्र है ना, सेहत विभाग नूं कोई डिस्पेंसरी खोलने लई, कोई हस्पताल खोलने लई, ठीक है, जां डेंगू बुखार तों राहत लई बचा लई पत्र लिखे। अज आपां निजी पत्र समझांगे कि किसी छोटे भरा नूं किस विषय से आपां लिखना है, जां मित्र नूं, और तुहाडा ही विषय होएगा स्टूडेंट लाइफ दे विच, तुसीं अपने एक मित्र नूं छोटे भरा नूं की करन लई प्रेरित करना है। उस तो पहला आपां बस कंडक्टर कहानी जो कि आपां रीडिंग कंप्लीट कर चुके हैं, उहदे मैनूं लगदा बैक एक्सरसाइज क्वेश्चन अपने तकरीबन हो गए सी। लास्ट क्वेश्चन रहिंदा है ते एक्स्ट्रा क्वेश्चंस करने हन, और कीप इट इन माइंड दिस थिंग कि कहानी दे विचों वड्डे प्रश्न नहीं आने हैं, सिर्फ 2 मार्क्स क्वेश्चन मीन्स 25-30 शब्दों में उत्तर देना, इस तो वध शब्द एक्सीड नहीं करने। वो भी 25-30 शब्द इस तरह भी बन सकते हैं कि 2-2 पार्ट्स, 1 पार्ट 2 पार्ट, जिवें 1 मार्क क्वेश्चन मैक्सिमम बनते इस कहानी के, उन्होंने 2-2 पार्ट्स मिला दी है ना, तो 2 मार्क्स क्वेश्चन भी बन जाता है। ठीक है, समझ आए बच्चे? हुण आपां गल करिए जिहड़े आपां बैक एक्सरसाइज क्वेश्चन कीते आ, एक लास्ट क्वेश्चन अपना रहिंदा है बस कंडक्टर दा सुभाअ किहो जिहा सी। पहला तो है बस कंडक्टर ने अपना पाली दे नाल किहो जिहा राज सांझा कीता, कौन दसेगा? प्रतीक्षा। यस बेटे प्रतीक्षा, आंसर बोलो, किहड़ा राज सांझा कीता और कदों कीता सी ये राज सांझा? यस मैम, ए राज सांझा कीता कि उसकी भैन लाहौर विच डॉक्टरी कर रही थी जो कि दंगे फसाद टाइम मार गई सी। यस, और 2 लाइंस और बोलो। यस, बस कंडक्टर जीत है जड़ा जदों पाली नू अखीर समय मिलता है ना, कहानी जदों शिखर ते पहुंचती है, पाली नू की दसदा है कि उसकी वड्डी भैन है, उहदा की नाम आया अमरचीत, जो कि लाहौर विच ही डॉक्टरी की पढ़ाई पढ़ती सी, पर दंगे फसाद होए 1947 दे, तां दंगे फसादां की भेट चढ़ गई, परिवार समेत उसका परिवार भी सारा दंगे फसादां की लपेट विच आ गया, चपेट विच आके मारिया गया, सिर्फ इकला रह गया बस कंडक्टर, जो बाद च बस कंडक्टर बनिया। लेख बस कंडक्टर ਤੇ ਰੂਪ ਵਿੱਚ ਜੀਤ ਦੱਸਦਾ ਹੈ ਕਿ ਉਹ ਰੁਲਦਾ ਖੁਲਦਾ ਭਾਰਤ ਪਹੁੰਚਿਆ, ਉੱਥੇ ਉਸਨੇ ਪੜ੍ਹਾਈ ਤਾਂ ਪੂਰੀ ਨਹੀਂ ਕਰ ਸਕਿਆ, ਨਾ ਤਾਂ ਉਹਦੇ ਕੋਲ ਰੋਜ਼ੀ ਰੋਟੀ ਲਈ ਕੋਈ ਪੈਸਾ ਸੀ, ਕੋਈ ਟਿਕਾਣਾ ਸੀ, ਫਿਰ ਉਹ ਕਿਸੇ ਦੇ ਕਹਿਣ ਤੇ ਜਾਂ ਕਿਸੇ ਦੇ ਜ਼ੋਰ ਪਾਉਣ ਤੇ, ਕਿਸੇ ਦੇ ਰੈਫਰੈਂਸ ਨਾਲ ਉਹ ਬੱਸ ਕੰਡਕਟਰ ਬਣਿਆ। ਤੇ ਹੁਣ ਬੱਸ ਕੰਡਕਟਰ ਜਦੋਂ ਬਣਿਆ ਤਾਂ ਬੱਸ ਜਦੋਂ ਲੈ ਕੇ ਜਾਂਦਾ ਸਫ਼ਰ ਦੇ ਦੌਰਾਨ, ਉਸੀ ਮੁਲਾਕਾਤ ਕਿਹਦੇ ਨਾਲ ਹੋਈ? ਇੱਕ ਬੈਗ ਉਠਾਈ ਜਿਹੜੀ ਡਾਕਟਰ ਦੇ ਪਹਿਰਾਵੇ ਵਿੱਚ ਪਾਲੀ ਹੈ, ਉਸਨੂੰ ਦੇਖਦਾ ਤਾਂ ਉਸਨੂੰ ਆਪਣੀ ਭੈਣ ਦਾ ਸਾਰਾ ਰੂਪ ਯਾਦ ਆਉਂਦਾ, ਉਹਦੇ ਵਿੱਚ ਉਹਨੂੰ ਭੈਣ ਦੇ ਨੈ ਨਕਸ਼ ਦਿਖਾਈ ਦਿੰਦੇ ਨੇ। ਜਦੋਂ ਇਹ ਗੱਲ ਸੁਣੀ ਪਾਲੀ ਨੇ, ਲੇਡੀ ਡਾਕਟਰ ਪਾਲੀ ਨੇ, ਉਹਦੀਆਂ ਤਾਂ ਅੱਖਾਂ ਮੂੰਹ ਨਾਲ ਪਿਆਰ ਨਾਲ ਭਿੱਜ ਗਈਆਂ, ਉਹ ਮੂੰਹ ਭਿੱਜੀਆਂ ਅੱਖਾਂ ਦੇ ਨਾਲ ਉਹਨੂੰ ਤੱਕਦੀ ਰਹਿ ਗਈ। ਇੱਥੋਂ ਕੀ ਪਤਾ ਚੱਲਦਾ ਕਹਾਣੀ ਦਾ ਕਿਹੜਾ ਵਿਸ਼ਾ? ਕਿ ਇਹ ਇਹੋ ਜਿਹੀ ਭਾਵਾਤਮਕ ਮਨੋਵਿਗਿਆਨਕ ਕਹਾਣੀ ਹੈ ਜੋ ਕਿ ਬੱਸ ਕੰਡਕਟਰ ਜੀਤ ਦੀ ਮਨੋਵਿਗਿਆਨਕ ਸਥਿਤੀ ਨੂੰ ਬਿਆਨ ਕਰਦੀ ਹੈ, ਉਸਦੇ ਭਾਵਾਂ ਨੂੰ, ਉਸਦੇ ਜਜ਼ਬਾਤਾਂ ਨੂੰ ਬਿਆਨ ਕਰਦੀ ਹੋਈ ਕਹਾਣੀ ਹੈ, ਕਿ ਜਿਸ ਵਿੱਚੋਂ ਸੱਚੇ ਸੁੱਚੇ ਪਵਿੱਤਰ ਪ੍ਰੇਮ ਦੀ ਝਲਕ ਮਿਲਦੀ ਹੈ। ਕਿਹੜੇ ਪ੍ਰੇਮ ਦੀ? ਭੈਣ ਭਰਾ ਦੇ ਪਿਆਰ ਦੀ ਝਲਕ ਮਿਲਦੀ ਹੈ। ਕਲੀਅਰ ਹੈ? ਨੈਕਸਟ ਕੁਸ਼ਚਨ ਹੈ, ਬੱਸ ਕੰਡਕਟਰ ਦਾ ਸੁਭਾਅ ਕਿਹੋ ਜਿਹਾ ਸੀ? ਚਲੋ ਸੁਭਾਅ ਬੋਲੋ, 3-4 17 ਤੋਂ ਵੱਧ ਨਹੀਂ ਬੋਲਣਾ ਬੇਟੇ। ਯੈਸ ਬੇਟੇ, 9th B ਕਲਾਸ ਸਟੂਡੈਂਟਸ ਬੋਲੋ ਬੱਚੇ, ਸੁਭਾਅ ਆਲਰੇਡੀ ਤੁਸੀਂ ਡਿਸਕਸ ਕੀਤਾ ਹੋਇਆ ਹੈ ਆਂਸਰ, ਔਰ ਆਪਾਂ ਪੂਰੀ ਕਹਾਣੀ ਪੜ੍ਹੀ ਹੈ, ਕਹਾਣੀ ਪੜ੍ਹ ਕੇ ਆਪਾਂ ਨੂੰ ਸਾਰੀਆਂ ਖੂਬੀਆਂ ਨਜ਼ਰ ਆਈਆਂ ਨੇ ਕਿ ਬੱਸ ਕੰਡਕਟਰ ਦਾ ਸੁਭਾਅ ਕੀ ਹੈ, ਪਾਲੀ ਦਾ ਕੀ ਹੈ, ਦੋ ਹੀ ਪਾਤਰ ਨੇ ਇਸ ਕਹਾਣੀ ਦੇ, ਔਰ ਸੁਭਾਅ ਆ ਵੀ ਸਕਦਾ, ਕਰੈਕਟਰ ਸਕੈਚ ਜਿਹਨੂੰ ਕਹਿੰਦੇ ਨੇ। ਯੈਸ ਬੇਟੇ, ਟਰਾਈ ਕਰੋ ਬੇਟੇ ਪੂਰੀ ਕਹਾਣੀ ਨੂੰ ਫੋਕਸ ਕਰਕੇ ਕਿ
ਜਿਹੜੇ ਨੇ ਉਹਦੇ ਸੁਭਾਅ ਦੇ ਕਿਹੜੇ ਕਿਹੜੇ ਜਿਹੜੇ ਗੁਣ ਨੇ ਉਹ ਸਾਡੇ ਸਾਹਮਣੇ ਆਏ ਨੇ ਔਰ ਕਿਹੜੀਆਂ ਵੀਕਨੈਸ ਕਿਹੜੀਆਂ ਕਮਜ਼ੋਰੀਆਂ ਸਾਡੇ ਸਾਹਮਣੇ ਆਈਆਂ ਨੇ ਕਿਉਂਕਿ ਕਈ ਵਾਰੀ ਉਹਦਾ ਸੁਭਾਅ ਚੰਗਾ ਵੀ ਨਹੀਂ ਲੱਗਦਾ ਚੰਗਾ ਵੀ ਉੱਭਰ ਕੇ ਸਾਹਮਣੇ ਨਹੀਂ ਆਇਆ ਉਹਦੇ ਪਿੱਛੇ ਵੀ ਕੀ ਕਾਰਨ ਹੈ ਠੀਕ ਹੈ ਹਾਂਜੀ ਰਮਨੀਕ ਬੋਲੇਗੀ ਬੇਟੇ ਯੈਸ ਬੇਟੇ ਰਮਨੀਕ ਯੈਸ ਮੈਮ ਬੱਸ ਕੰਡਕਟਰ 1947 ਦੇ ਕਲਕਾਰੇ ਦਾ ਸ਼ਿਕਾਰ ਇੱਕ ਨੌਜਵਾਨ ਸੀ ਉਸਦਾ ਪਰਿਵਾਰ ਪਾਕਿਸਤਾਨ ਵਿੱਚ ਹੱਲਿਆਂ ਵੇਲੇ ਮਾਰਿਆ ਗਿਆ ਸੀ ਉਹ ਇੱਕ ਗਰੀਬ ਅਤੇ ਇਮਾਨਦਾਰ ਆਦਮੀ ਸੀ ਉਸਦੇ ਦਿਲ ਵਿੱਚ ਆਪਣੀ ਮਰ ਚੁੱਕੀ ਭੈਣ ਲਈ ਬਹੁਤ ਪਿਆਰ ਸੀ ਉਸਦੀ ਭੈਣ ਡਾਕਟਰੀ ਦੀ ਪੜ੍ਹਾਈ ਕਰਦੀ ਸੀ ਇਸ ਲਈ ਉਹ ਪਾਲੀ ਵਿੱਚੋਂ ਆਪਣੀ ਮਰ ਚੁੱਕੀ ਭੈਣ ਦਾ ਚਿਹਰਾ ਦੇਖਦਾ ਸੀ ਅਤੇ ਉਸ ਨਾਲ ਹਮਦਰਦੀ ਅਤੇ ਪਿਆਰ ਨਾਲ ਪੇਸ਼ ਆਉਂਦਾ ਸੀ ਵੈਰੀ ਗੁੱਡ ਐਗਜ਼ੈਕਟਲੀ ਗੁੱਡ ਆਨਸਰ ਐਕਸਲੈਂਟ ਯੈਸ ਬੱਸ ਕੰਡਕਟਰ ਕਹਾਣੀ ਵਿੱਚ ਬੱਸ ਕੰਡਕਟਰ ਜੀਤ ਜੋ ਕਿ ਬੱਸ ਕੰਡਕਟਰ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ ਜੋ ਕਿ ਨਿਰਛਲ ਧੋਖੇ ਰਹਿ ਸੱਚੇ ਸੁੱਚੇ ਪ੍ਰੇਮ ਪਿਆਰ ਨਾਲ ਭਰਪੂਰ ਹੈ ਔਰ ਇੱਕ ਸਾਊ ਇਮਾਨਦਾਰ ਹੈ ਔਰ ਕਾਹਦਾ ਸ਼ਿਕਾਰ ਹੋਇਆ 1947 ਦੇ ਜਦੋਂ ਦੰਗੇ ਹੋਏ ਉਹਨਾਂ ਦਾ ਸ਼ਿਕਾਰ ਹੋਇਆ ਔਰ ਰੁਲਦਾ ਖੁੱਲਦਾ ਇਸ ਦੇਸ਼ ਦੀ ਵੰਡ ਸਮੇਂ ਇੱਧਰ ਪਹੁੰਚਿਆ ਪਰ ਇੱਥੇ ਆ ਕੇ ਉਹਨੂੰ ਜਿੱਥੇ ਰੋਜ਼ੀ ਰੋਟੀ ਦੇ ਲਈ ਪੈਸਾ ਕਮਾਉਣ ਦੇ ਲਈ ਇੱਕ ਬੱਸ ਕੰਡਕਟਰ ਦੇ ਰੂਪ ਵਿੱਚ ਉਹ ਭਰਤੀ ਹੋਇਆ ਬੱਸ ਕੰਡਕਟਰ ਬਣਿਆ ਤੇ ਬੱਸ ਕੰਡਕਟਰ ਬਣ ਕੇ ਜਿਹੜੀ ਭੈਣ ਉਸਦੀ ਦੰਗੇ ਫਸਾਦਾਂ ਦੀ ਭੇਟ ਚੜ ਗਈ ਸੀ ਉਸ ਨੂੰ ਹਮੇਸ਼ਾ ਯਾਦ ਕਰਦਾ ਹੈ ਉਸਦਾ ਪਰਿਵਾਰ ਵੀ ਸਾਰਾ ਮਾਰਿਆ ਗਿਆ ਵਿਚਾਰਾ ਬੜਾ ਹੀ ਉਦਾਸਿਆ ਹੋਇਆ ਇਕੱਲਾ ਤੇ ਜਦੋਂ ਉਹ ਬੱਸ ਲੈ ਕੇ ਜਾਂਦਾ ਹੈ ਤਾਂ ਬੱਸ ਲਿਜਾਂਦੇ ਹੋਏ ਉਹਨੂੰ ਪਾਲੀ ਲੇਡੀ ਡਾਕਟਰ ਜਦੋਂ ਉਸਨੂੰ ਮਿਲਦੀ ਹੈ ਦਿਖਦੀ ਹੈ ਤਾਂ ਉਸਦੇ ਵਿੱਚ ਉਸਨੂੰ ਆਪਣੀ ਭੈਣ ਦਾ ਚਿਹਰਾ ਨਜ਼ਰ ਆਉਂਦਾ ਜਿਸ ਕਰਕੇ ਉਹ ਹਰ ਸਮੇਂ ਉਸ ਵੱਲ ਉਚੇਚ ਧਿਆਨ ਦਿੰਦਾ ਬੱਸ ਲਿਜਾਂਦੇ ਸਮੇਂ ਉਸਦਾ ਖਿਆਲ ਰੱਖਦਾ ਹੈ ਉਸਦੇ ਲਈ ਸੀਟ ਦਾ ਪ੍ਰਬੰਧ ਕਰਦਾ ਨਿਵੇਕਲੀ ਸੀਟ ਦਾ ਅਗਲੀ ਸੀਟ ਦਾ ਪ੍ਰਬੰਧ ਕਰਦਾ ਹੈ ਠੀਕ ਹੈ ਉਸਦੀ ਟਿਕਟ ਦੇ ਸਮੇਂ ਆਪਣੇ ਵੱਲੋਂ ਹੀ ਟਿਕਟ ਕੱਟ ਕੇ ਦਿੰਦਾ ਉਸ ਤੋਂ ਟਿਕਟ ਤੇ ਪੈਸੇ ਵੀ ਨਹੀਂ ਲੈਂਦਾ ਅਜਿਹੀਆਂ ਗੱਲਾਂ ਕੀ ਦਰਸਾਉਂਦੀਆਂ ਨੇ ਕਿ ਜਿਹੜਾ ਬੱਸ ਕੰਡਕਟਰ ਹੈ ਉਹ ਇੱਕ ਭਾਵਕ ਜਜ਼ਬਾਤੀ ਸਾਂਝ ਰੱਖਣ ਵਾਲੇ ਪਾਤਰ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਠੀਕ ਹੈ ਬੱਚੇ ਕਲੀਅਰ ਲਾਸਟ ਕੁਸ਼ਚਨ ਇੱਕ ਹੋਰ ਕੁਸ਼ਚਨ ਲਾਸਟ ਦੇਖੋ ਬੱਸ ਦੀ ਸਵਾਰੀਆਂ ਨਾਲ ਕੰਡਕਟਰ ਜੀਤ ਦਾ ਰਵੱਈਆ ਕਿਹੋ ਜਿਹਾ ਸੀ ਯੈਸ ਕਿਉਂ ਜਿਹਾ ਰਵੱਈਆ ਲਾਸਟ ਕੁਸ਼ਚਨ ਪਾਲੀ ਨਾਲ ਕਿਉਂ ਜਿਹਾ ਰਵੱਈਆ ਤੇ ਬੱਸ ਦੀਆਂ ਸਵਾਰੀਆਂ ਨਾਲ ਉਸਦਾ ਕਿਉਂ ਜਿਹਾ ਰਵੱਈਆ ਕੌਣ ਦੱਸੇਗਾ ਪ੍ਰਾਚੀ ਟਰਾਈ ਕਰੋ ਬੇਟੇ ਬੱਸ ਕੰਡਕਟਰ ਜੀਤ ਦਾ ਬੱਸ ਦੀਆਂ ਸਵਾਰੀਆਂ ਨਾਲ ਕਿਉਂ ਜਿਹਾ ਰਵੱਈਆ ਹੈ ਪ੍ਰਾਚੀ ਯੈਸ ਬੇਟੇ ਕੌਣ ਦੱਸੇਗਾ 9th ਬੀ ਕਲਾਸ ਸਟੂਡੈਂਟ ਟਰਾਈ ਕਰੋ ਬੇਟੇ ਪੂਰੀ ਕਹਾਣੀ ਪੜ੍ਹੀ ਹੈ ਆਪਾਂ ਨੂੰ ਨਜ਼ਰ ਆਇਆ ਹੈ ਕਿ ਕਹਾਣੀ ਪੜ੍ਹ ਕੇ ਆਪਾਂ ਨੂੰ ਸਮਝ ਆਈ ਹੈ ਕਿ ਉਸਦਾ ਰਵੱਈਆ ਵੱਖ ਵੱਖ ਲੋਕਾਂ ਲਈ ਵੱਖ ਵੱਖ ਤਰ੍ਹਾਂ ਦਾ ਨਾ ਉਹ ਕਿਸ ਤਰ੍ਹਾਂ ਬੋਲੋ ਬੱਚੇ ਐਨੀ ਸਟੂਡੈਂਟ ਕੈਨ ਗਿਵ ਆਨਸਰ ਬੇਟੇ ਟਰਾਈ ਕਰੂ ਦਿਵਿਆ ਯੈਸ ਬੱਚੇ ਵੈਰੀ ਗੁੱਡ ਦਿਵਿਆ ਜੀਤ ਬਾਕੀ ਸਭ ਪਾਲੀ ਨਾਲ ਬਹੁਤ ਹੀ ਚੰਗੀ ਤਰ੍ਹਾਂ ਪੇਸ਼ ਆਉਂਦਾ ਹੈ ਤੇ ਬਹੁਤ ਪਿਆਰ ਨਾਲ ਗੱਲ ਕਰਦਾ ਹੈ ਤੇ ਜੇ ਕੋਈ ਬੱਸ ਵਿੱਚ ਸਵਾਰ ਪਾਲੀ ਬਾਰੇ ਕੁਛ ਬੋਲਦਾ ਹੈ ਤੇ ਉਸ ਵਿਅਕਤੀ ਨੂੰ ਘੂਰ ਕੇ ਵੇਖਦਾ ਹੈ ਤੇ ਪਾਲੀ ਦੇ ਖਿਲਾਫ ਕੁਛ ਸਹਿਣ ਨਹੀਂ ਕਰ ਪਾਉਂਦਾ ਯੈਸ ਬੱਸ ਦੀਆਂ ਸਵਾਰੀਆਂ ਨਾਲ ਕੁਸ਼ਚਨ ਹੈ ਬੱਸ ਦੀਆਂ ਸਵਾਰੀਆਂ ਨਾਲ ਬੱਸ ਕੰਡਕਟਰ ਜੀਤ ਦਾ ਕਿਉਂ ਜਿਹਾ ਵਰਤਾਰਾ ਹੈ ਬੱਸ ਦੀਆਂ ਸਵਾਰੀਆਂ ਨਾਲ ਬੱਸ ਕੰਡਕਟਰ ਜੀਤ ਦਾ ਵੱਖ ਵੱਖ ਕਿਸਮ ਦਾ ਵਰਤਾਰਾ ਹੈ ਅਲੱਗ ਅਲੱਗ ਕਿਸਮ ਦਾ ਵਰਤਾਰਾ ਹੈ ਉਹ ਪੜ੍ਹੇ ਲਿਖੇ ਚੰਗੇ ਰੁਤਬੇ ਵਾਲੀਆਂ ਸਵਾਰੀਆਂ ਦੇ ਨਾਲ ਬੜੀ ਇੱਜ਼ਤ ਮਾਣ ਨਾਲ ਗੱਲ ਕਰਦਾ ਵੈਸੇ ਉਹ ਪਿਆਰ ਵਾਲਾ ਪਾਤਰ ਹੈ ਸਾਊ ਹੈ ਇਮਾਨਦਾਰ ਹੈ ਔਰ ਪਾਲੀ ਜੋ ਕਿ ਪੜ੍ਹੀ ਲਿਖੀ ਡਾਕਟਰ ਹੈ ਉਸਦੇ ਨਾਲ ਉਹ ਬੜੀ ਪਿਆਰ ਨਾਲ ਪੇਸ਼ ਆਉਂਦਾ ਹੈ ਉਸਦੇ ਨਾਲ ਪਿਆਰ ਨਾਲ ਗੱਲ ਕਰਦਾ ਹੈ ਚੰਗੀ ਨੀਅਤ ਨਾਲ ਗੱਲ ਕਰਦਾ ਹੈ ਭਾਵੇਂ ਇਹ ਨੀਅਤ ਹੈ ਜਿਹੜੀ ਬਾਅਦ ਚ ਖੁੱਲ ਕੇ
सामने भी आती है कि उसका उस नाल केड़े केड़ी भावना वाला प्यार सी, पर कई सवारियों नाल ओह लड़न नूं भी पैंदा है। जिहड़ी सवारी पाली नूं घूर के देखती है, पाली दे वल चंगी निगाह नाल नहीं देखती, क्योंकि समाज है, जदों जिहड़ा समाज है मुंडे कुड़ी नूं इकट्ठे देख भी ले तो तरह तरह दीआं गल्लां मन विच आउंदीआं ने। पर यह भी गल सामने है कि साडा समाज है जिहड़ा शक दी नज़र नाल ज़्यादा देखदा है, जब तक असीं उहनूं अपना सबूत नहीं दे दिंदे कि मेरा सचमुच इहदे नाल किहड़ा रिश्ता है, कि भैन भरा दा रिश्ता है। जब तक असीं इह सबूत नहीं दे दिंदे, प्रूफ नहीं कर दिंदे, तां इह समाज है जिहड़ा उह शक दीआं नज़रां नाल देखदा है। कहिंदा जिहड़ा भी कोई पाली नूं शक दी नज़र नाल देखे तो उहदे लई उसदा वर्तारा की है, उसदा वतीरा की है, बहुत ही औखा हो के बोलण वाला, उसनों औखे होके बोलता, उहदे ते गुस्सा करता है। फिर टिकट के मामले में वह पाली दे लई उचेचा ध्यान रखता है, पर एक जे बुढ़ी माई एक माता जिहड़ी वह दसां दा नोट पकड़ांदी है तो उसनों टुट के भी पै जांदा है कि दस आने पहाड़ा नहीं है, साढ़े दस आने पहाड़ा नहीं है, तो दसा का नोट मैं की करना, इन्हू पहला तुड़वा के लियाओ। इस तरह जिहड़ा जीत बस कंडक्टर है उसका बस दियां सवारियां दे लई वख वख किस्म दा वतीरा है। क्लियर है बच्चे? हुण आपां गल करिए एक्स्ट्रा क्वेश्चंस। पहले क्वेश्चंस नोट करो, उहदे आंसर माइंड च फ्रेम करो, क्योंकि जिहड़े बैक एक्सरसाइज क्वेश्चन कीते ने ना उहनां दे विच्चों ही कुल मिला के सारे क्वेश्चंस निकलने, जिहड़े तुसीं बैक एक्सरसाइज क्वेश्चन कीते। पर 2-3 लाइन तो वध आंसर नहीं देना है। फर्स्ट क्वेश्चन इज लेडी डॉक्टर पाली नूं नाभे तो पटियाले क्यों जाना पैंदा सी? यस बेटे, नाभे तो पटियाले क्यों जाना पैंदा है? 2 लाइन्स च आंसर बोलो। यस बच्चे, सब बच्चे आंसर दे सकते, तो हुण दोनों क्लास के स्टूडेंट्स ने आंसर देना है। बेटे आपां रीड किया है, पूरी कहानी रीड की, और बहुत ईजी बड़ी इंटरस्टिंग कहानी पढ़ी अपा, है ना, रुझान भी पैदा होंदा सी साडा कि कहानी च क्यूरियोसिटी भी बनी है, उत्सुकता भी बनी रही है, क्योंकि जिहड़ा जदों कहानी सिखर ते पहुंची तां राज सामने आंदा है कि किहड़े रिश्ते की गल की गई है। पूरी कहानी च तां पहले उलझन ही बनी रही ना, जिवें सवारियां दे मन च उस बस कंडक्टर दा झुकाव जदों पाली वल देखिया तां बस जिहड़ियां बस दियां सवारियां ने तरह तरह दियां गल्लां करदियां ने, किसे कहंदे ने कि मीम साहिबा तो बिना यह बस थोड़ी तोर लेगा, कि जब तक मीम साहिबा की उड़ीक ना कर ले, है ना। एक कलर्क जिहड़ा है रोज ही बस च सवार हुंदा, वो यही शब्द कहंदा कि उहदी उड़ीक तो बिना इहने नहीं, फिर कई वारी तो बस का रूट भी बदलता है, किहदी खातर? पाली की खातर। कि रूट क्यों बदलता है? तां जो जल्दी दे नाल अपनी हॉस्पिटल पहुंचे, हस्पताल पहुंचे, अपनी ड्यूटी कर सके। यस बेटे, लेडी डॉक्टर पाली नूं नाभे तो पटियाले क्यों जाना पैंदा? यस, उसी बदली कित्थों दी हो गई है? कौन बोलेगा बच्चे? हाँ, यस पनिका। यस बेटे पनिका बोलो बच्चे आंसर। यस मैम, लेडी डॉक्टर पाली नूं हर रोज नाभे तो पटियाले इस कारण जाना पैंदा सी क्योंकि एक डॉक्टर सी अते उसकी बदली पटियाले हो गई सी। हाँ, पटियाली जोर पाते, पटियाले जोर पाते भी उसकी बदली रुक नहीं सी रही, और कोशिश की उन्हें किसी ना किसी तरह बदली रुकवा ले जाए, पर बदली जिन्नी देर नहीं रुकी उन्नी देर उन्हें पटियाले जाना पै रहा, तो वो बस का सफर करना पैंदा। क्लीयर है बच्चे? वेरी गुड आंसर, गुड, गॉड ब्लेस यू। कहिंदे लेडी डॉक्टर पाली जो कि एक डॉक्टर है और उसकी बदली नाभे तो पटियाले की हो गई है, मीनस वो भी एक सरकारी डिस्पेंसरी च डॉक्टर है ना, तां ही बदली हुई उहदी। तो हुण जदों बदली हो गई, घर वाले ने बड़ी कोशिश की कि किसी तरह बदली नूं रुकवाया जाए, पर बदली जिन्नी देर तक नहीं रुक सकी उन्नी देर उसनों पटियाले रोज जाना पैंदा नाभे तो पटियाले, जिस करके उसनों बस का सफर करना पैंदा। नैक्सट क्वेश्चन इज, नोट करो बेटे, पाली नूं बस का सफर क्यों नहीं सी चंगा लगता? यस, ये तो आपां बैक एक्सरसाइज क्वेश्चन च भी ऑलरेडी कर चुके हैं, क्यों नहीं सी चंगा लगता? कौन बोलेगा आंसर? 2 पॉइंट्स मेन आए हैं, क्यों नहीं सी चंगा लगता? सारे बच्चों ने कहानी बमेश बेटे आंसर बोलो, ट्राई करो बच्चे, थोड़ी पार्टिसिपेशन वाली सारे आंसर डिस्कस करने हैं आप। हाँ,
चलो बच्चे बोलो, शुभम, ख्याति, आंसर बोलो बच्चे। उन्होंने बस आ सब क्यों नहीं सी चंगा लगता? ख्याति, जिया, हाँ यस बेटे प्राची, यस बच्चे प्राची बोलो। यस मैम, हाँ जी, पाली नूं बस दा सफर बिल्कुल चंगा नहीं लगता सी, उत्थे दी खड़खड़, उत्थे उसनूं खड़े होके जाना पैंदा, कदे बहुत ज्यादा गर्मी हुंदी ते पसीने दी बदबू नाल उसनूं चक्कर आना शुरू हो जांदे, उसनूं कंडक्टर दी बेहुदा हरकतां ते असभ्य बोल भी चंगे नहीं लगते सन। वेरी गुड, एक्सलेंट, यस। पाली जो कि बस विच सफर करके नाभे तों पटियाले जांदी है रोज, उसनूं बस दी खड़खड़ दी आवाज, गर्मी, पसीना, भीड़, जिहड़ियां कंडक्टरां दियां जिहड़ियां बेहुदा हरकतां ने उन्हां तों ओह बड़ी तंग आ जांदी सी, उन्हां दे भैड़े बोल उसनूं चंगे नहीं सन लगदे, ते कई वार कोई मोटी सवारी उहदे नाल आके बहि जांदी तां वी उहनूं मुश्किल आउंदी कि उहदे कपड़िआं नूं लगदा सी कि वट पै जाणे, और कई वार कोई सवारी अजिही हुंदी जिसे विचों पसीने दी बोह आउंदी हुंदी, अजिहियां गल्लां करके उहनूं बस दा सफर करना चंगा नहीं सी लगता। क्लियर है बेटे? यस बच्चे बोलो क्लियर। नेक्स्ट क्वेश्चन, यस, किसे दे पाली बारे पुछन ते कंडक्टर जीत ने उसनू की उत्तर दिता? जो भी कोई सवारी पाली बारे पुछती तो जीत की उत्तर दिंदा सी? यस बच्चे की उत्तर दिंदा? बोलो बच्चे आंसर, ट्राई करो, पूरी कहानी तुसी अच्छी तरह रीड कीती हुई है, जो भी कोई पाली दे बारे पुछदा तां इहदा मतलब जिहड़ा बस कंडक्टर जीता उहनूं लेडी डॉक्टर पाली दे बारे बहुत कुछ जानदा है, कि उह डॉक्टर है, उह किहड़े हस्पताल विच लगी हुई है, उहदी तनखाह किन्नी है। यस बच्चे कौन दसेगा आंसर? प्राची ने तां लास्ट क्वेश्चन दा आंसर भी बोलिया। एनी अदर स्टूडेंट बेटे बोलो, बच्चे आंसर बोलो जल्दी। कौन ट्राई करेगा बेटे? अनिका, रमनी, ख्याति, जिया बोलेगी आंसर? जिया बेटे यदा आंसर ट्राई करो। जिया, किसे दे पाली बारे पुछन ते ओ की दस उत्तर दिंदा? ओ मीन्स जीत की उत्तर दिंदा? यस बेटे। मैम जीत जदो कोई भी आदमी जीत तो पाली बारे पुछता सी ता जीत उसनु कहंदा कि ओ एक लेडी डॉक्टर, पाली लेडी डॉक्टर है ते उसकी बदली हो गई है। हाँ, पाली उसकी तनखा बारे दसता सी। तनखा किन्नी बेटे? यस 300 रुपए। वेरी गुड। हाँ यही पॉइंट देने हैं कि जो भी कोई सवारी कोई मुसाफर पाली दे बारे पुछदा ता जीत झटपट उत्तर देंदा कि यह एक लेडी डॉक्टर है, वड्डे हस्पताल विच लगी हुई है, इसकी तनखा 300 रुपया है। तो यह सुन के सवारियां हैरान भी होंदियां ते उन्हां विचों कोई एक की बोलदा कि लै अजकल दियां कुड़ियां तो आदमियों के बराबर कमाउण लग पईआं हन। ठीक है, नेक्स्ट क्वेश्चन इज, एक सरदार ने, हुण अगला आंसर इहदे नाल ही मिलदा जुलदा, एक सरदार ने पाली दे बारे फिर किहड़े शब्द पे जदों ने दस्या ना कि 300 रुपए तनखा है, अगला क्वेश्चन ही यही बनता कि एक सरदार ने, सरदार मुसाफर ने पाली दे बारे किहड़े शब्द कहे सन और उहदी सिफत विच ही कहे सन? यस बोलो बच्चे आंसर, उहदी सिफत विच कहे सन? हाँ जी पनिका बोलो बच्चे आंसर। यस मैम, बस विच सरवार एक सरदार पाली नू पाली दी प्रशंसा करते हुए कहंदा है कि वो एक वो कई बारी पटियाले इस पटियाले जाने वाली बस विच गया है, उसने क्या कि यह डॉक्टर ने कुड़ी कदे भी बोलती नहीं सुनी, इसलिए वो पाली नू किसे कराने दी कुड़ी कहंदा है। यस,
ਕਹਿੰਦਾ ਵੱਡੇ ਘਰਾਣੇ ਦੀਆਂ ਕੁੜੀਆਂ ਨੇ ਜਿਹੜੇ ਭਾਵੇਂ ਜਿੰਨਾ ਮਰਜ਼ੀ ਕਮਾਉਣ ਲੱਗ ਜਾਣ ਪਰ ਆਦਮੀਆਂ ਦੇ ਅੱਗੇ ਅੱਖ ਚੁੱਕੇ ਗੱਲ ਨਹੀਂ ਕਰਦੀਆਂ। ਤੇ ਇਹ ਕੁੜੀ ਜਿਹੜੀ ਜਿਸਨੂੰ ਮੈਂ ਰੋਜ਼ ਹੀ ਦੇਖਦਾ ਕਿ ਇਹ ਸਫ਼ਰ ਕਰਦੀ ਹੈ ਬੱਸ ਵਿੱਚ, ਪਰ ਕਦੇ ਇਸ ਤਰ੍ਹਾਂ ਲੱਗਦਾ ਜਿਵੇਂ ਇਸੇ ਕੋਲ ਤਾਂ ਬੋਲ ਹੀ ਹੈ ਨਹੀਂ, ਕਿ ਇਹਨੂੰ ਮੈਂ ਕਦੀ ਵੀ ਅੱਜ ਤੱਕ ਬੋਲਦੇ ਨਹੀਂ ਦੇਖਿਆ। ਹਾਂਜੀ ਬੇਟੇ ਰਮਨੀਕ, ਰਿਪੀਟ ਕਰੋ ਬੇਟੇ ਆਂਸਰ। ਯੈਸ ਬੱਚੇ, ਯੈਸ ਮੈਮ, ਬੱਸ ਵਿੱਚ ਇੱਕ ਸਵਾਰ ਸਰਦਾਰ ਪਾਲੀ ਵੱਲ ਤੱਕਦਿਆਂ ਕਿਹਾ ਕਿ ਜੇ ਜੀ ਭਾਵੇਂ ਕਿੰਨਾ ਹੀ ਕਮਾਉਣ ਕਰਾਣੀਆਂ ਦੀਆਂ ਕਾਨੂੰ ਆਦਮੀਆਂ ਸਾਹਮਣੇ ਅੱਖਾਂ ਚੁੱਕਦੀਆਂ ਨੇ, ਤੇ ਆਹ ਕੁੜੀ ਡਾਕਟਰਨੀ ਮੈਂ ਕਈ ਵਾਰ ਪਟਿਆਲੇ ਜਾਂਦੀ ਵੇਖੀ, ਤੇ ਸਹੁਰੇ ਦੀ ਜਾਨੀ ਮੂੰਹ ਵਿੱਚ ਬੋਲਣੀ ਇੰਨਾ ਸਤਰਾ ਤੋਂ ਭਾਵ ਹੈ ਕਿ ਉਸਨੇ ਡਾਕਟਰਾਨੀ ਨੂੰ ਕਦੇ ਬੋਲਦਿਆਂ ਨਹੀਂ ਦੇਖਿਆ। ਯੈਸ, ਇਹ ਤਾਂ ਆਪਣੇ ਆਪ ਚ ਮਸਤ ਰਹਿੰਦੇ ਹੈ, ਕਦੀ ਉੱਚੀ ਆਵਾਜ਼ ਵਿੱਚ ਮੈਂ ਇਹਨੂੰ ਬੋਲਦੇ ਨਹੀਂ ਦੇਖਿਆ। ਜਿਵੇਂ ਪੜ੍ਹਿਆ ਲਿਖਿਆ ਇਨਸਾਨ ਨਹੀਂ ਨਾ ਬੋਲਦਾ, ਕਿਉਂਕਿ ਉਹ ਪੜ੍ਹੀ ਲਿਖੀ ਹੈ, ਉਹਨੇ ਡਾਕਟਰੀ ਕੀਤੀ ਹੈ, ਉਹ ਕਿਸੇ ਨਾਲ ਫਾਲਤੂ ਗੱਲ ਹੀ ਨਹੀਂ ਕਰਦੀ। ਇਹਦਾ ਮਤਲਬ ਉਹ ਸਰਦਾਰ ਸਵਾਰੀ ਨੇ ਜਿਹੜਾ ਸਰਦਾਰ ਹੈ ਉਹਨੇ ਪਾਲੀ ਦੀ ਸਿਫਤ ਵਿੱਚ ਇਹ ਸ਼ਬਦ ਕਹੇ ਹਨ। ਠੀਕ ਹੈ ਕਿ ਵੱਡੇ ਘਰਾਣੇ ਦੀਆਂ ਕੁੜੀਆਂ ਜਿੰਨਾ ਮਰਜ਼ੀ ਕਮਾਉਣ ਲੱਗ ਜਾਣ, ਪਹਿਲਾਂ ਤਾਂ ਇਹ ਵਰਡ ਕਹਿੰਦਾ, ਪਰ ਉਹ ਆਦਮੀਆਂ ਦੇ ਅੱਗੇ ਅੱਖ ਚੁੱਕ ਕੇ ਗੱਲ ਨਹੀਂ ਕਰਦੀਆਂ। ਤੇ ਜਿਹੜੀ ਕੁੜੀ ਨੂੰ ਮੈਂ ਰੋਜ਼ ਦੇਖਦਾ ਸਫ਼ਰ ਕਰਦੇ, ਇਹਨੂੰ ਮੈਨੂੰ ਤਾਂ ਲੱਗਦਾ ਕਿ ਇਹਦੇ ਤਾਂ ਕੋਲ ਮੂੰਹ 'ਚ ਬੋਲ ਹੀ ਹੈ ਨੇ, ਭਾਵ ਕਿ ਇਹਨੂੰ ਮੈਂ ਕਦੀ ਵੀ ਫਾਲਤੂ ਬੋਲਦੇ ਨਹੀਂ ਦੇਖਿਆ। ਨੈਕਸਟ ਕੁਸ਼ਚਨ ਇਜ਼, ਕੰਡਕਟਰ ਜੀਤ ਦੀ ਇੱਕ ਮਾਈ ਮੁਸਾਫ਼ਰ ਨਾਲ ਟਿਕਟ ਦੇ ਪੈਸਿਆਂ ਨੂੰ ਲੈ ਕੇ ਕੀ ਬਹਿਸ ਹੋਈ? ਯੈਸ, ਇਹ ਕੁਸ਼ਚਨ ਆਪਾਂ ਆਲਰੇਡੀ ਕਰ ਲਿਆ ਹੋਇਆ, ਬੈਕ ਐਕਸਰਸਾਈਜ਼ ਕੁਸ਼ਚਨ ਕੀਤਾ ਸੀ ਕਿ ਟਿਕਟ ਦੇਣ ਲੱਗਿਆ ਬੁੱਢੀ ਮਾਈ ਨਾਲ ਉਸਦਾ ਕਿਹੋ ਜਿਹਾ ਵਿਵਹਾਰ ਸੀ। ਠੀਕ ਹੈ, ਇਹ ਕੀਤਾ ਨਾ ਬੱਚੇ ਕੁਸ਼ਚਨ, ਚਲੋ ਰਿਪੀਟ ਕਰ ਦਿਓ ਆਂਸਰ। ਆਲਰੇਡੀ ਆਪਾਂ ਕਰ ਚੁੱਕੇ ਹਾਂ ਡਿਸਕਸ, ਸੇਮ ਆਂਸਰ ਹੀ ਹੈ ਕਿ ਕੰਡਕਟਰ ਜੀਤ ਦਾ ਜਦੋਂ ਇੱਕ ਮਾਈ ਦੇ ਨਾਲ ਟਿਕਟ ਨੂੰ ਲੈ ਕੇ ਜਿਹੜੀ ਬਹਿਸ ਹੋਈ ਪੈਸਿਆਂ ਨੂੰ ਲੈ ਕੇ, ਉਹ ਕੀ ਬਹਿਸ ਚੱਲੀ ਸੀ? ਯੈਸ ਜੀ ਆ, ਬਸ ਕੰਡਕਟਰ ਦਾ ਵਰਤਾਵ ਪਾਲੀ ਪ੍ਰਤੀ ਹਮਦਰਦੀ ਵਾਲਾ ਪਰ ਬੁੱਢੀ ਮਾਈ ਪ੍ਰਤੀ ਰੁੱਖਾ ਸੀ। ਯੈਸ, ਬਸ ਕਿਰਾਏ ਲਈ ਖੁੱਲੇ ਪੈਸੇ ਨਾ ਹੋਣ ਕਾਰਨ ਕੰਡਕਟਰ ਨੇ ਪਾਲੀ ਨੂੰ ਤਾਂ ਕਿਰਾਇਆ ਅਗਲੇ ਦਿਨ ਦੇਣ ਲਈ ਕਹਿ ਦਿੱਤਾ, ਪਰ ਇੱਕ ਬੁੱਢੀ ਮਾਈ ਨਾਲ ਰੁੱਖਾ ਵਰਤਾਓ ਕੀਤਾ। ਉਸਨੇ ਬੁੱਢੀ ਮਾਈ ਨੂੰ ਬੱਸ ਵਿੱਚੋਂ ਹੇਠਾਂ ਉਤਰ ਕੇ ਪੈਸੇ ਬਦਲਵਾਉਣ ਨੇ ਕਿਹਾ। ਯੈਸ, ਜਦੋਂ ਬੁੱਢੀ ਮਾਈ ਨੇ 10 ਰੁਪਏ ਦਾ ਨੋਟ ਦਿੰਦਿਆਂ ਕਿਹਾ ਕਿ ਇਹ ਭਾੜਾ ਹੈ ਮੇਰਾ, ਤਾਂ ਉਸਨੇ ਅੱਗੋਂ ਕਿਹਾ 10.5 ਆਨੇ ਭਾੜਾ ਨਹੀਂ ਹੈ, ਮੈਂ ਕਿੱਥੋਂ ਤੁੜਵਾ ਕੇ ਦੇਵਾਂ ਤੈਨੂੰ? ਪਹਿਲਾਂ ਤੂੰ ਉਹ ਮਾਤਾ ਨੂੰ ਖਿੱਚ ਕੇ ਪਿਆ ਕਿ ਪਹਿਲਾਂ ਇਸ ਨੂੰ ਉਤਰ ਕੇ ਪੈਸੇ ਤੁੜਵਾ ਕੇ ਲਿਆਓ। ਉਹਨੇ ਅੱਗੋਂ ਬੁੱਢੀ ਨੇ ਇਹ ਵੀ ਕਿਹਾ ਕਿ ਇੰਨੇ 'ਚ ਤਾਂ ਬੱਸ ਤੁਰ ਜਾਣੀ ਹੈ, ਤੇ ਅੱਗੋਂ ਉਹ ਚੁੱਪ ਕਰ ਗਿਆ। ਕਲੀਅਰ, ਇਹ ਉਹਨਾਂ ਦੀ ਬਹਿਸ ਚੱਲੀ ਹੈ। ਅਗਲਾ ਕੁਸ਼ਚਨ, ਇੱਕ ਦਿਨ ਕੰਡਕਟਰ ਬੱਸ ਨੂੰ ਕਿਹੜੇ ਦੂਜੇ ਰਸਤੇ ਰਾਹੀਂ ਲੈ ਕੇ ਜਾਂਦਾ ਤੇ ਕਿਉਂ? ਯੈਸ, ਇਹ ਆਪਾਂ ਬੈਕ ਐਕਸਰਸਾਈਜ਼ ਕੁਸ਼ਚਨ ਨਹੀਂ ਕੀਤਾ। ਇੱਕ ਦਿਨ ਬੱਸ ਕੰਡਕਟਰ ਬੱਸ ਦਾ ਰੂਟ ਹੀ ਬਦਲ ਦਿੰਦਾ, ਕਿਉਂ? ਦੂਜੇ ਪਾਸੇ ਕਿਉਂ ਲੈ ਕੇ ਜਾਂਦਾ, ਕਿਹੜੇ ਦੂਜੇ ਪਾਸੇ ਲੈ ਕੇ ਜਾਂਦਾ, ਉਹ ਕੀ ਜਗ੍ਹਾ ਦਾ ਨਾਮ ਹੈ? ਯੈਸ ਬੇਟੇ, ਕੌਣ ਬੋਲੇਗਾ ਆਂਸਰ ਕਿ ਇੱਕ ਦਿਨ ਬੱਸ ਕੰਡਕਟਰ ਕਿਹੜੇ ਰਸਤੇ ਤੋਂ ਉਹ ਬੱਸ ਨੂੰ ਲੈ ਕੇ ਜਾਂਦਾ ਤੇ ਕਿਉਂ? ਯੈਸ ਬੋਲੋ ਬੱਚੇ, ਕੌਣ ਬੋਲੇਗਾ ਆਂਸਰ? ਬੀ ਕੁਇਕ। ਯੈਸ ਕਰਨ ਵੀ, ਯੈਸ ਬੇਟੇ ਕਰਨ ਵੀ। ਯੈਸ ਮੈਮ, ਬੱਸ ਕੰਡਕਟਰ ਇੱਕ ਵਾਰੀ ਬੱਸ ਦਾ ਰੂਟ ਬਦਲ ਰਹਿੰਦਾ ਹੈ ਤਾਂ ਕਿਉਂਕਿ ਪਾਲੀ ਛੇਤੀ ਹਸਪਤਾਲ ਪਹੁੰਚ ਜਾਵੇ। ਯੈਸ ਰਿਅੰਸ਼ਿਕਾ, ਰਿਪੀਟ ਕਰੋ ਬੇਟੇ ਆਂਸਰ। ਰਿਅੰਸ਼ਿਕਾ, ਇੱਕ ਵਾਰ ਬੱਸ ਕੰਡਕਟਰ ਫੂਲ ਸਿਨੇਮਾ ਦੇ ਕੋਲ ਹੀ ਬੱਸ ਨੂੰ ਰੁਕਵਾ ਦਿੰਦਾ ਹੈ ਤਾਂ ਜੋ ਪਾਲੀ ਨੂੰ ਹਸਪਤਾਲ ਨੇੜੇ ਪੈ ਜਾਵੇ। ਯੈਸ, ਨਹੀਂ ਕਹਿੰਦੇ ਰੂਟ ਕਿਉਂ ਬਦਲ ਦਿੰਦਾ, ਦੂਜੇ ਰਸਤੇ ਰਾਹੀਂ ਕਿਉਂ ਲਿਜਾਂਦਾ ਹੈ? ਇੱਕ ਦਿਨ ਕੰਡਕਟਰ ਬੱਸ ਨੂੰ ਗੁਰਦੁਆਰੇ ਵਾਲੇ ਪਾਸੋਂ ਲਿਜਾਣ ਦੀ ਥਾਂ ਨੀਲੇ ਭਵਨ ਵਾਲੇ ਪਾਸੇ ਲੈ ਕੇ ਜਾਂਦਾ, ਨੀਲੇ ਭਵਨ ਵਾਲੇ ਪਾਸੇ ਵੱਲ ਲਿਜਾਣ ਲਈ ਰਹਿੰਦਾ, ਕਿਉਂਕਿ ਉਸਦੇ ਰੂਟ ਬਦਲਣ ਦਾ ਕਾਰਨ ਹੈ ਕਿ ਜਿਹੜੀ ਪਾਲੀ ਹੈ ਉਹ 5 ਮਿੰਟ ਲੇਟ ਬੱਸ ਵਿੱਚ ਪਹੁੰਚੀ ਹੈ ਤੇ ਉਸਨੂੰ ਉਹ ਹਸਪਤਾਲ ਦੇ ਨੇੜੇ, ਜਿਹੜਾ ਕਿ ਨੇੜੇ ਸਟੋਪੇਜ ਹੋਏ ਨਾ, ਨੇੜੇ ਉਤਾਰਨਾ ਚਾਹੁੰਦਾ ਹੈ। ਇਸ ਤੇ ਭਾਵੇਂ ਸਵਾਰੀਆਂ ਮਨ ਹੀ ਮਨ ਵਿੱਚ ਇਤਰਾਜ਼ ਵੀ ਕਰਦੀਆਂ ਨੇ ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ।
ठीक है, मन ही मन भी सवारियां कुछ ना कुछ सोचदियां ने, बुड़बुड़ भी करदियां ने सवारियां कि करदा की पे बस कंडक्टर, यदि मन मर्जी होए तो किधर दी लै जांदा, ते अज ने रूट ही बदल लिया। उहदे मन विच कई तरह दी गल्लां आउंदियां पर किसे दी परवाह नहीं करता। नैक्सट क्वेश्चन इज, जदों कंडक्टर ने पाली कोलों टिकट दे पैसे ना ले तां पाली उस बारे की सोचण लगी? ਇਹ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਬੈਕ ਐਕਸਰਸਾਈਜ਼ ਕੁਐਸਚਨ ਚ, ਕੀ ਸੋਚਣ ਲੱਗੀ? ਯੈਸ, ਜਦੋਂ ਨੇ ਪੈਸੇ ਨਹੀਂ ਲਏ, ਇਹ ਕੁਐਸਚਨ ਦਾ ਆਨਸਰ ਬੋਲੋ, ਕੀ ਸੋਚਿਆ ਪਾਲੀ ਨੇ? ਉਹਨੂੰ ਕੀ ਚੰਗਾ ਲੱਗਿਆ ਕਿ ਮਾੜਾ ਲੱਗਿਆ, ਤੇ ਉਹਦੇ ਮਨ ਵਿੱਚ ਕੀ ਸੋਚ ਆਈ, ਕਿਹੜੇ ਵਿਚਾਰ ਆਏ? ਯੈਸ ਬੱਚੇ, ਅਰਸ਼ਪ੍ਰੀਤ ਬੋਲੋ ਬੱਚੇ ਆਨਸਰ, ਕੀ ਵਿਚਾਰ ਆਏ? ਡਰਿਆ ਆਂਸਰ ਬੋਲੋ ਬੇਟੇ, ਡਰਿਆ ਕੀ ਵਿਚਾਰ ਆਏ? ਜਿਸ ਦਿਨ ਉਹਨੇ ਟਿਕਟ ਕੱਟਣ ਦੇ ਲਈ, ਜਦੋਂ ਉਹਨੇ ਟਿਕਟ ਮੰਗੀ ਤੇ ਟਿਕਟ ਦੇ ਪੈਸੇ ਨਹੀਂ ਲਏ, ਕਿਸ ਨੇ? ਜੀਤ ਕੰਡਕਟਰ ਨੇ, ਬੱਸ ਵਾਲੇ ਕੰਡਕਟਰ ਦਾ ਨਾਮ ਜੀਤ ਹੈ ਤੇ ਇੱਕ ਪਾਲੀ, ਦੋ ਪਾਤਰ ਨੇ ਜਿਹਦੇ ਦੁਆਲੇ ਸਾਰੀ ਕਹਾਣੀ ਘੁੰਮਦੀ ਹੈ, ਔਰ ਦੋਨਾਂ ਦਾ ਆਪਾਂ ਕਰੈਕਟਰ ਸਕੈਚ ਲਿਖ ਸਕਦੇ ਹਾਂ, ਔਰ ਤਿੰਨ ਲਾਈਨਾਂ ਤੋਂ ਬਾਅਦ ਆਂਸਰ ਹੀ ਨਹੀਂ ਲਿਖਣਾ, ਕਿਉਂਕਿ ਕਹਾਣੀ ਚੋਂ ਕੁਐਸਚਨ ਹੀ 2-3 ਲਾਈਨਸ ਤੋਂ ਵੱਧ ਨਹੀਂ ਲਿਖਣੀ, 25-30 ਸ਼ਬਦਾਂ ਵਿੱਚ ਹੀ ਆਉਣੇ ਨੇ ਜਾਂ ਵਨਮਕ ਆਉਣੇ ਨੇ। ਯੈਸ ਬੇਟੇ, ਕੀ ਕਿਹਾ ਉਹਨੇ? ਜਦੋਂ ਕੰਡਕਟਰ ਜੀਤ ਨੇ ਪਾਲੀ ਤੋਂ ਟਿਕਟ ਦੇ ਪੈਸੇ ਨਾ ਲਏ ਤਾਂ, ਯੈਸ ਬੇਟੇ ਅਰਸ਼ਪ੍ਰੀਤ ਬੋਲੇਗੀ, ਯੈਸ ਬੱਚੇ ਅਰਸ਼ਪ੍ਰੀਤ, ਜਦੋਂ ਬੱਸ ਕੰਡਕਟਰ ਨੇ ਪਾਲੀ ਕੋਲੋਂ ਪੈਸੇ ਨਹੀਂ ਲਏ ਤਾਂ ਉਸਨੂੰ ਪਾਲੀ ਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਾ, ਉਹ ਸਾਰਾ ਰਸਤਾ ਇਸ ਬਾਰੇ ਸੋਚਦੀ ਰਹੀ ਸੀ। ਅਗਲੇ ਦਿਨ ਜਦੋਂ ਉਹ ਜਾਣ ਕੇ ਹੋਰ ਬੱਸ ਵਿੱਚ ਚੜ੍ਹਨ ਲੱਗੀ, ਬੱਸ ਅੱਡੇ ਉੱਤੇ ਲੇਟ ਪਹੁੰਚੀ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਬੱਸ ਕੰਡਕਟਰ ਜੀਤ ਉਸ ਲਈ ਬੱਸ ਰੋਕੀ ਖੜਾ ਸੀ ਤੇ ਉਸਨੇ ਉਸ ਲਈ ਸੀਟ ਵੀ ਰੱਖੀ ਹੋਈ ਸੀ। ਜਦੋਂ ਕੰਡਕਟਰ ਨੇ ਪਾਲੀ ਕੋਲੋਂ ਟਿਕਟ ਤੇ ਪੈਸੇ ਨਾ ਲਏ ਤਾਂ ਪਾਲੀ ਨੇ ਕੀ ਮਹਿਸੂਸ ਕੀਤਾ? ਪਾਲੀ ਨੂੰ ਬਿਲਕੁਲ ਵੀ ਚੰਗਾ ਨਾ ਲੱਗਿਆ, ਉਹ ਸਾਰੇ ਰਸਤੇ ਸੋਚਦੀ ਰਹੀ। ਕੀ ਸੋਚਦੀ ਰਹੀ? ਕਿ ਮੈਂ 300 ਰੁਪਏ ਕਮਾਉਣ ਵਾਲੀ ਡਾਕਟਰ ਹਾਂ ਤੇ ਮੈਂ 10.5 ਆਨੇ ਮੈਂ ਬੱਸ ਦਾ ਭਾੜਾ ਵੀ ਨਹੀਂ ਦੇ ਸਕਦੀ, ਤੇ ਇਹਦੀ ਤਨਖਾਹ ਸਾਰੀ 60 ਰੁਪਏ ਹੋਣੀ ਹੈ, ਇਹ ਆਪਣੀ ਰੋਜ਼ੀ ਰੋਟੀ ਦਾ ਗੁਜ਼ਾਰਾ ਕਿਵੇਂ ਕਰਦਾ ਹੋਵੇਗਾ? ਅਜਿਹਾ ਵਿਚਾਰ ਉਸਦੇ ਮਨ ਵਿੱਚ ਚੱਲਦੇ ਹਨ। ਅਗਲਾ ਕੁਐਸਚਨ ਹੈ, ਇੱਕ ਦਿਨ ਪਾਲੀ ਦੇ ਲੇਟ ਆਉਣ ਤੇ ਕੰਡਕਟਰ ਨੇ ਕੀ ਕੀਤਾ? ਹੁਣ ਬੋਲੋ ਆਨਸਰ। ਹੁਣ ਜੋ ਉਹਨੇ ਬੋਲਿਆ ਅਰਸ਼ਪ੍ਰੀਤ ਨੇ, ਵੈਰੀ ਗੁੱਡ, ਉਹੀ ਆਨਸਰ ਰਿਪੀਟ ਕਰੋ ਕਿ ਇੱਕ ਦਿਨ ਪਾਲੀ ਲੇਟ ਆਈ ਤਾਂ ਕੰਡਕਟਰ ਨੇ ਕੀ ਕੀਤਾ? ਯੈਸ ਬੱਚੇ, ਬੋਲੋ ਬੱਚੇ ਆਨਸਰ, ਕੀ ਕੀਤਾ? ਪਾਲੀ ਜਦੋਂ ਜਾਣ ਬੁੱਝ ਕੇ 5 ਮਿੰਟ ਲਈ ਲੇਟ ਆਈ ਤਾਂ ਜੀਤ ਦੀ ਬੱਸ ਕੰਡਕਟਰ ਇਹ ਵਾਲੀ ਬੱਸ ਲੈ ਜਾਏ ਤੇ ਉਹ ਦੂਜੀ ਬੱਸ ਵਿੱਚ ਚਲੀ ਜਾਵੇ, ਪਰ ਜੀਤ ਨੇ ਪਾਲੀ ਦੀ ਇੰਤਜ਼ਾਰ ਕੀਤੀ। ਭਾਵੇਂ ਡਰਾਈਵਰ ਹੈ ਜਿਹੜਾ, ਯੈਸ ਬੇਟੇ, ਡਰਾਈਵਰ ਲਵੀਨਾ ਬੋਲੇਗੀ ਆਨਸਰ। ਯੈਸ ਬੱਚੇ, ਲਵੀਨਾ, ਜੀਤ ਉਸ ਲਈ ਬੱਸ ਰੋਕ ਕੇ ਖੜਾ ਸੀ ਅਤੇ ਉਸਨੇ ਪਾਲੀ ਵਾਸਤੇ ਸੀਟ ਵੀ ਰੱਖੀ ਹੋਈ ਸੀ। ਯੈਸ, ਉਹਨੇ ਉਦੋਂ ਤੱਕ ਬੱਸ ਹੀ ਨਹੀਂ ਤੋਰੀ ਜਦ ਤੱਕ ਉਹ ਪਾਲੀ ਆ ਨਹੀਂ ਗਈ, ਭਾਵੇਂ ਬੱਸ ਦਾ ਡਰਾਈਵਰ ਵੀ ਕਾਲਾ ਪੈ ਰਿਹਾ ਸੀ, ਪਰ ਫਿਰ ਵੀ ਉਸਨੇ ਉਸਦੀ ਪਰਵਾਹ ਨਹੀਂ ਕੀਤੀ, ਸਗੋਂ ਉਸਨੂੰ ਅਗਲੀ ਸੀਟ ਤੇ ਬਿਠਾਇਆ। ਠੀਕ ਹੈ, 5 ਮਿੰਟ ਲੇਟ ਆਈ, ਉਹ ਤਾਂ ਜਾਣ ਬੁੱਝ ਕੇ ਲੇਟ ਆਈ ਹੈ ਨਾ, ਕਿਉਂਕਿ ਉਹ ਜਾਣਾ ਨਹੀਂ ਚਾਹੁੰਦੀ, ਕਿਉਂਕਿ ਉਹਨੇ ਇੱਕ ਦਿਨ ਪਹਿਲਾਂ ਇਹਦੇ ਤੋਂ ਬੱਸ ਦੇ ਟਿਕਟ ਦੇ ਪੈਸੇ ਨਹੀਂ ਸਨ ਲਏ, ਪਰ ਉਹ ਉਹਦੀ ਇੰਤਜ਼ਾਰ ਕਰਦਾ ਰਿਹਾ। ਕਲੀਅਰ ਹੈ? ਇਸੇ ਤਰ੍ਹਾਂ ਆਪਾਂ 1-2 ਕੁਐਸਚਨ ਹੋਰ ਕਰਨੇ ਆ ਕਿ ਚੈਕਰ ਦੇ ਆਉਣ ਤੇ ਪਾਲੀ ਕੀ ਸੋਚਣ ਲੱਗੀ, ਇਹ ਵੀ ਨੋਟ ਕਰੋ ਕੁਐਸਚਨ, ਕੀ ਸੋਚਣ ਲੱਗੀ? ਉਹ ਘਬਰਾ ਗਈ, ਤੇਲੀਓ ਤੇਲੀ ਹੋ ਗਈ ਕਿ ਉਹਨੇ ਮੇਰੇ ਤੋਂ ਟਿਕਟ ਮੰਗੀ ਤਾਂ ਮੈਂ ਕੀ ਜਵਾਬ ਦਊਂਗੀ, ਕਿ ਜੇ ਉਹਨੇ ਮੇਰੇ ਕੋਲ ਤਾਂ ਟਿਕਟ ਹੈ ਹੀ ਨਹੀਂ ਤੇ ਮੇਰੇ ਸਾਰੀਆਂ ਸਵਾਰੀਆਂ ਦੇ ਅੱਗੇ ਤਾਂ ਮੈਂ ਸ਼ਰਮਸਾਰ ਹੋਣ ਵਾਲੀ ਗੱਲ ਹੈ, ਇਹ ਸੋਚਦੀ ਰਹਿ ਗਈ ਹੈ। ਫਿਰ ਟਿਕਟ ਪੁੱਛਣ ਤੇ, ਚੈਕਰ ਦੇ ਟਿਕਟ ਪੁੱਛਣ ਤੇ ਵਾਪਰਿਆ ਕੀ? ਉਹ ਵੀ ਤੁਹਾਨੂੰ ਕਲੀਅਰ ਹੈ ਕੀ ਵਾਪਰਿਆ? ਤੇ ਉਸੇ ਵੇਲੇ ਜੀਤ ਨੇ ਕਹਿ ਦਿੱਤਾ, ਇਹ ਤਾਂ ਮੇਰੀ ਭੈਣ ਹੈ, ਇਹਦੀ ਟਿਕਟ ਮੇਰੇ ਕੋਲ ਹੈ। ਠੀਕ ਹੈ ਬੱਚੇ, ਇਹ ਸਾਰੇ ਐਕਸਟਰਾ ਕੁਐਸਚਨ ਤੁਸੀਂ ਬੱਸ ਕੰਡਕਟਰ ਕਹਾਣੀ ਦੇ ਕਰਨੇ ਆ। ਠੀਕ ਹੈ ਬੱਚੇ, ਥੈਂਕ ਯੂ ਸੋ ਮਚ।